ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਹਾਫਿਜ਼ ਸੈਦ ਹੁਣ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਹਾਫਿਜ਼ ਸੈਦ ਨੇ ਪਾਕਿਸਤਾਨ 2018 'ਚ ਹੋਣ ਵਾਲੀਆਂ ਆਮ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਨਜ਼ਰਬੰਦੀ ਤੋਂ ਰਿਹਾਂ ਹੋਏ ਹਾਫਿਜ਼ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਜ਼ਿਕਰ ਖਾਸ ਹੈ ਕਿ ਹਾਫਿਜ਼ ਸਈਦ ਨੇ ਇਸੇ ਸਾਲ ਅਗਸਤ ਵਿੱਚ ਆਪਣੀ ਰਾਜਨੀਤਿਕ ਪਾਰਟੀ ਮਿੱਲੀ ਮੁਸਲਿਮ ਲੀਗ ਦਾ ਗਠਨ ਕੀਤਾ ਸੀ ਜਮਾਤ ਉਦਾਵਾ ਜਥੇਬੰਦੀ ਦਾ ਪ੍ਰਮੁਖ ਹਾਫਿਜ਼ ਮਿੱਲੀ ਮੁਸਲਿਮ ਲੀਗ ਜ਼ਰੀਏ ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਧਰ ਕੁਝ ਦਿਨ ਪਹਿਲਾਂ ਹਾਫਿਜ਼ ਸਈਦ ਨੇ ਯੂਐਨਏ ਨੂੰ ਅੱਤਵਾਦੀਆਂ ਦੀ ਲਿਸਟ 'ਚੋਂ ਆਪਣਾ ਨਾਂ ਹਟਾਉਣ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਅੱਤਵਾਦੀ ਨਹੀਂ ਬਲਕਿ ਸਮਾਜ ਸੇਵਕ ਹੈ ਚੌਨ ਲੰਡਨ ਬਾਰੇ ਐਲਾਨ ਹਾਫਿਜ਼ ਸੈਦ ਨੇ ਲਾਹੌਰ ਦੇ ਚਾਂਬੁਰਗੀ ਚ ਸੀਨੀਅਰ ਪੱਤਰਕਾਰਾਂ ਨੂੰ ਦਾਵਤ ਤੇ ਸੱਦਕੇ ਕੀਤਾ